ਗੰਡੋਲਾ ਵੇਖਣ ਚੱਲੇ ਹਾਂ, ਇਹਨੂੰ ਕਹਿੰਦੇ ਗੰਡੋਲਾ, ਇਹ ਪਹਾੜਾ ਪਹਾੜ ਤੋਂ ਪਹਾੜ 'ਤੇ ਮਤਲਬ ਲੈ ਕੇ ਜਾਂਦਾ ਵਾ, ਅਤੇ ਮੰਮੇ ਤੁਹਾਨੂੰ ਅੱਜ ਸਾਰਾ ਕੁਝ ਆਕਾਸ਼ਦੀਪ ਧੂੜ ਪਨੀਤ ਸਟੇਸ਼ਨ ਹੈ ਗੰਡੋਲੇ ਦਾ, ਕੋਈ ਡਾਊਨਲੋਡ ਉੱਥੇ ਪਹੁੰਚ ਗਏ ਹਾਂ ਕਿ ਤੁਹਾਨੂੰ ਪਿੱਛੇ ਦਿਖਾਉਣਾ ਵਾ ਵਿਊ ਵਿਸਲਰ ਦਾ, ਬਹੁਤ ਹੀ ਸ਼ਾਨਦਾਰ ਵਿਊ ਆ ਇਹ। ਆਪਣੇ ਕੋਈ ਸਰੀ ਤੋਂ 150 ਕਿਲੋਮੀਟਰ ਪੈਂਦਾ ਵਾ, ਅਤੇ ਗੰਡੋਲੇ ਦੀ ਟਿਕਟ ਜਿਹੜੀ $85 ਪਰ ਪਰਸਨ ਆ, ਕਿਸੇ ਨੇ ਵੀ ਆਉਣਾ ਹੋਵੇ ਆ ਸਕਦਾ। ਆਹ ਦੇਖੋ ਜੀ, ਹੁਣ ਇੱਥੋਂ ਹੀ ਉੱਥੋਂ ਗੰਡੋਲਾ ਫਿਰ ਲੈ ਕੇ ਅਤੇ ਉਹ ਪੀਕ 'ਤੇ ਜਾਣਾ। ਇੱਥੋਂ ਮੇਰੇ ਵੀ ਕਿੰਨਾ ਰਿਸਕ ਲੈਂਦੇ ਲੋਕ, ਵੀ ਆ ਕਲੀਨਿੰਗ ਕਰਦੇ ਕਰੀ ਜਾਂਦੇ ਹੌਸਟਿਕ ਪਈ ਇੱਕ। ਹਾਏ, ਹਾਉ ਆਰ ਯੂ? ਆਈ ਐਮ ਫਾਈਨ। ਆ ਵੇਖੋ ਜੀ ਕੈਨੇਡਾ ਦੀ ਖੂਬਸੂਰਤੀ, ਬਹੁਤ ਹੀ ਸੋਹਣਾ ਦੇਸ਼ ਆ ਜੀ ਕਲਾ ਆਪਣਾ ਕੈਨੇਡਾ। ਵਿਸਲਰ ਕਲਾਊਡ ਡਰੈਕਟਰ ਸਕਾਈ ਬ੍ਰਿਜ, ਤੁਹਾਨੂੰ ਸਕਾਈ ਬ੍ਰਿਜ ਦਿਖਾਉਂਦੇ ਹਾਂ। ਹਾਂ ਦੇਖੋ ਜੀ, ਜੰਨਤ ਜੰਨਤ ਦਾ ਜੇ ਦੂਜਾ ਨਾਮ ਆ ਉਹ ਵਿਸਲਰ, ਬ੍ਰਿਟਿਸ਼ ਕੋਲੰਬੀਆ ਕੈਨੇਡਾ। ਨਜ਼ਾਰੇ ਲੈਂਦੇ ਚੋਬਰ ਚੋਬਰ ਮੁੱਕਦੇ ਮੁੱਕਦੇ ਚੋਬਰ। ਬਹੁਤ ਹੀ ਨਜ਼ਾਰੇਦਾਰ ਵਿਊ ਆ ਜੀ। ਮੈਂ ਕਹਿੰਦਾ ਵੀਰੇ ਉਹ ਸਿਰਾ ਹੋਇਆ ਪਿਆ, ਡਰ ਵੀ ਬਹੁਤ ਲੱਗ ਰਿਹਾ, ਡਰ ਲੱਗ ਰਿਹਾ। ਠੀਕ ਆ, ਉਹ ਰਹੇ ਚੋਬਰਾ, ਉਹ ਪਹਿਲਾਂ ਬ੍ਰਿਜ ਸੀ ਉਹ ਜਿਹੜਾ ਮੈਂ ਤੋੜਿਆ ਥੱਲੇ। ਫੀਲਿੰਗ ਬਹੁਤ ਵਧੀਆ ਆ ਰਹੀ ਹੈ, ਡਰ ਵੀ ਥੋੜਾ ਥੋੜਾ ਡਰ ਲੱਗ ਰਿਹਾ। ਚੋਪੜਾ ਨੀਚੇ ਦੇਖ, ਬਹੁਤ ਹੀ ਵਧੀਆ ਰਹੀ, ਨੀਚੇ ਦੇਖ। ਓਏ ਹਰਮਣਾ, ਇੱਧਰ ਫੋਟੋ ਸ਼ੂਟ ਹੋ ਰਿਹਾ। ਕੀ ਹਾਲ ਅੰਕਲ ਜੀ? ਠੀਕ ਹੈ ਜੀ ਮਹਾਰਾਜ। ਸੋਹਣਾ ਲੱਗ ਰਿਹਾ, ਸੋਹਣਾ ਲੱਗ ਰਿਹਾ। ਹੁਣ ਅਸੀਂ ਉਹ ਗੰਡੋਲਾ ਸਟੇਸ਼ਨ ਤੋਂ ਫਿਰ ਉੱਥੋਂ ਜਦੋਂ ਨੀਚੇ ਉਤਰ ਗਏ ਉੱਥੋਂ ਫਿਰ ਪੀਕ ਟੂ ਪੀਕ ਕੋਈ ਗੰਡੋਲਾ ਵਾ ਉਹ ਲੈ ਕੇ ਫਿਰ ਦੂਜੀ ਪਹਾੜੀ 'ਤੇ ਜਾਣਾ। ਉਹਦੀ ਟਾਈਮਿੰਗ 4:45 ਦੇ ਲਾਸਟ ਗੰਡੋਲਾ ਚੱਲਦਾ।
उस तो पहला सानू थले जाना पैना। देखो मित्रों, यार दोस्त फ्रेंड नज़ारे लेंदे हुए फोटोशूट करते हुए यादा कैप्चर करते हुए नाल कुछ खूबसूरत नज़ारे पहाड़ियों के बहुत ही वधिया व्यू आनंददाय टूर बहुत वधिया। वापस जाने लई स्टेशन लई लाइन लगी है। की कह रहे जे आए सर ताडा व्यू होना और किसी होना ही नहीं। फाइनली बारी आ गई साड़ी हुण बहन लगे बिच मैनू पता मित्रों बहुत नजारा आ रहा। बहुत ही वधिया व्यू आ जेड़ा ਜਿਹੜਾ ਵੈਂਕੂਵਰ ਰਹਿੰਦਾ ਵਾ ਜੋ ਇੱਥੇ ਵਿਸਲਰ ਨਹੀਂ ਆਉਂਦਾ ਵੈਂਕੂਵਰ ਰਹਿਣ ਦਾ ਕੋਈ ਫਾਇਦਾ ਨਹੀਂ ਹੈ। ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਚਾਰੇ ਪਾਸੇ ਇੱਧਰ ਬਣਾ ਲਾ ਟ੍ਰਿਪ ਦੀ ਲਾਸਟ ਗੰਡੋਲਾ ਰਾਈਡ ਬਸ ਹੁਣ ਅਸੀਂ ਇੱਥੋਂ ਜਾ ਕੇ ਥੱਲੇ ਵਿਸਲਰ ਵਿਲੇਜ ਉੱਤਰ ਜਾਣਾ ਫਿਰ ਉੱਥੋਂ ਸਾਡੀ ਕਾਰ ਲੱਗੀ ਆ ਪਾਰਕਿੰਗ ਦੇ ਵਿੱਚ ਕਾਰ ਲੈ ਕੇ ਸਰੀ ਚਲੇ ਜਾਣਾ। ਚਲੋ ਅੱਗੇ ਮਿਲਦੇ ਹਾਂ ਤੁਹਾਨੂੰ ਅੱਗੇ ਜਾਣਾ। ਦੇਖੋ ਜੀ ਕਿੱਡੀ ਵਧੀਆ ਟੈਕਨੀਕ ਬਣਾਈ ਹੋਈ ਆ। ਇਹ ਤਾਂ ਪੈਰ ਨਾਲ ਪ੍ਰੈਸ ਕਰੋ ਅਤੇ ਪਾਣੀ ਭਰ ਲਓ ਪੀਣ ਵਾਲਾ। ਪਾਣੀ ਲੈ ਕੇ ਹੁਣ ਅਸੀਂ ਇੱਥੇ ਇੱਕ ਲੇਕ ਆ ਲੇਕ ਦੇਖਣ ਜਾ ਰਹੇ ਹਾਂ। ਪਾਣੀ ਭਰ ਲਿਆ ਇੱਧਰੋਂ ਆਵਾਜ਼ ਆ ਰਹੀ ਆ ਲੇਕ ਦੀ। ਚਲੋ ਦਿਖਾਉਂਦੇ ਹਾਂ ਤੁਹਾਨੂੰ ਲੇਕ।
60 ਕਿਲੋਮੀਟਰ ਦੀ ਦੂਰੀ ਤੇ ਲੈ ਗਿਆ ਉਹ ਦੇਖਣ ਜਾ ਰਹੇ ਆ ਇੱਥੇ ਇੱਕ ਰਾਹ ਦੇ ਵਿੱਚ ਬਹੁਤ ਹੀ ਵਧੀਆ ਵਿਊ ਦੇਖਣ ਨੂੰ ਗਏ ਆ ਵਿਸਲਰ ਤੋਂ 60 ਕਿਲੋਮੀਟਰ ਦੀ ਦੂਰੀ 'ਤੇ ਅਸੀਂ ਜੋਫਰਾ ਲੇਕ ਆਏ ਹਾਂ ਬਹੁਤ ਹੀ ਵਧੀਆ ਪਲੇਸ ਆ ਦੇਖਣ ਨੂੰ ਇਹਦਾ ਪਾਣੀ ਬਲੂ ਪਾਣੀ ਦੀ ਲੇਕ ਹੈ ਇਹਦਾ ਇੱਥੇ ਇਤਿਹਾਸ ਵੀ ਲਿਖਿਆ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਂਦਾ ਸੋ ਬ੍ਰਿਟਿਸ਼ ਕੋਲੰਬੀਆ ਦੀਆਂ ਹੋਰ ਟੂਰਿਸਟ ਅਟ੍ਰੈਕਸ਼ਨ ਨੂੰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ ਅਤੇ ਲਾਈਕ ਕਰੋ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਏ ਬਾਏ